ਸੋ ਵੈਲਕਮ ਬੈਕ ਟੂ ਓਵਰ ਯੂਟਿਊਬ ਚੈਨਲ SK ਕੈਰੀਅਰ ਸੋ ਇੱਕ ਵੱਡੀ ਅਪਡੇਟ ਸੀ ਅਜ਼ ਇਕੈਲੀਕਾਟ ਮਾਸਟਰ ਕੈਡਰ ਦਾ ਜਿਹੜੀਆਂ ਸਿਲੈਕਸ਼ਨ ਲਿਸਟਾਂ ਨੇ ਉਹ ਆਪਣੀ ਲੌਗਇਨ ਆਈਡੀ ਤੇ ਜਿਹੜੀ ਆਊਟ ਕਰ ਦਿੱਤੀਆਂ ਗਈਆਂ ਸਨ ਤਾਂ ਉਸ ਤੋਂ ਬਾਅਦ ਜਿਹੜਾ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਮਾਰਕਸ ਵਾਲਾ ਜਿਹੜਾ ਹੈ ਸਿਲੈਕਟ ਹੋਇਆ ਹੈ ਕਿੰਨੇ ਮਾਰਕਸ ਵਾਲਾ ਜਿਹੜਾ ਹੈ ਵੇਟਿੰਗ ਦੇ ਲਿਸਟ ਦੇ ਵਿੱਚ ਹੈ ਤਾਂ ਅਸੀਂ ਕੁਝ ਜਿਹੜਾ ਅੰਕੜਾ ਹੈ ਉਹ ਅਸੀਂ ਕਲੈਕਟ ਕੀਤਾ ਹੈ ਉਸ ਦੇ ਅਕੋਰਡਿੰਗ ਜਿਹੜਾ ਸਾਡਾ ਪਹਿਲਾ ਅੰਕੜਾ ਜਿਹੜਾ ਬਣਾਇਆ ਹੋਇਆ ਸੀ ਉਸ ਦੇ ਅਕੋਰਡਿੰਗ ਜਿਹੜਾ ਹੈ ਸਹੀ ਬੈਠ ਰਿਹਾ ਹੈ ਤਾਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਕਟ-ਆਫ ਹੈ ਸਾਇੰਸ ਵਿਸ਼ੇ ਦੇ ਰਿਲੇਟਡ ਉਹ ਅਸੀਂ ਦੱਸਣ ਜਾ ਰਹੇ ਹਾਂ ਕਿ ਸਾਇੰਸ ਕਟ-ਆਫ ਜਿਹੜੀ ਹੈ ਜਰਨਲ ਦੇ ਵਿੱਚ ਕਿੰਨੇ ਵਾਲਾ ਬੱਚਾ ਜਿਹੜਾ ਹੈ ਉਹ ਸਿਲੈਕਟ ਹੋਇਆ ਹੈ ਤਾਂ ਜਰਨਲ ਦੇ ਵਿੱਚ ਜਿਹੜਾ ਹੈ 89 ਦੇ ਕੁਝ ਬੱਚੇ ਜਿਹੜੇ ਹੈ ਉਹ ਲੱਗੇ ਨੇ ਤਾਂ 89 ਦੇ ਜਿਹੜੇ 18 ਤੋਂ ਲੈ ਕੇ 20 ਬੱਚੇ ਜਿਹੜੇ ਹੈ ਉਹ ਜਿਹੜੇ ਜਰਨਲਿਸਟ ਦੇ ਵਿੱਚ ਗਏ ਨੇ ਓਪਨ ਲਿਸਟ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਆ ਜੋ 89th ਦੇ ਜਿਹੜੇ ਵੀ ਬੱਚੇ ਗਏ ਨੇ ਉਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਲਾਸਟ ਹੈਗੀ ਹੈ 94 94 ਤੱਕ ਜਿਹੜੇ ਬੱਚੇ ਇਥੇ ਸਿਲੈਕਟ ਹੋ ਰਹੇ ਨੇ 89 ਜਰਨਲ ਕੈਟਾਗਰੀ ਦੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ BC ਕੈਟਾਗਰੀ ਦੀ ਆ ਜਨਰਲ ਬਈ BC ਕੈਟਾਗਰੀ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਨਰਲ ਕੈਟਾਗਰੀ ਦੀ ਜਿਹੜੀ ਹੈ ਉਹ वेटिंग लिस्ट 'ਤੇ ਨਹੀਂ ਰਹਿ ਸਕਦੀ ਹੈ ਤਾਂ ਜਨਰਲ ਦੀ ਜੋ वेटिंग ਹੈ ਉਹ ਰਹੇਗੀ 87 ਤੱਕ 87 ਤੱਕ ਜਨਰਲ ਦੀ ਜਿਹੜੀ वेटिंग ਹੈ ਉਹ ਰਹਿ ਸਕਦੀ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ BC ਕੈਟਾਗਰੀ ਦੀ ਕਿ BC ਕੈਟਾਗਰੀ ਦੇ ਕਿੰਨੇ ਬੱਚੇ ਜਿਹੜੇ ਲੱਗੇ ਨੇ ਤਾਂ BC ਕੈਟਾਗਰੀ ਦੇ 82 ਬੱਚੇ ਜਿਹੜੇ অল سارے ਤਾਂ ਨਹੀਂ ਲੱਗੇ ਬਟ ਇਹਦੇ ਵਿੱਚੋਂ ਕੁਝ ਬੱਚੇ ਲੱਗੇ ਨੇ 10 ਕੁ ਬੱਚੇ ਜਿਹੜੇ ਨੇ ਉਹ ਜਿਹੜੇ ਹੈ BC ਕੈਟਾਗਰੀ ਦੇ ਵਿੱਚ ਜਾ ਰਹੇ ਹੈ 82 ਮਾਰਕਸ ਤੇ ਤੇ ਜਿਹੜੀ ਡੇਟ ਆਫ ਬਰਥ ਵੇਖੀ ਤਾਂ 95 ਦੇ ਕੋਈ ਇੱਕ ਦੋ ਬੱਚੇ ਜਿਹੜੇ ਨੇ ਉਹ ਇਸ ਲਿਸਟ ਦੇ ਵਿੱਚ ਜਾ ਰਹੇ ਨੇ ਬਾਕੀ ਅਗਰ ਵੇਟਿੰਗ ਦੀ ਗੱਲ ਕਰਦੇ ਹਾਂ ਤਾਂ ਬਾਕੀ 82 ਦੇ ਜਿਹੜੇ ਬੱਚੇ ਨੇ ਉਹ ਵੇਟਿੰਗ ਲਿਸਟ ਦੇ ਵਿੱਚ ਨੇ 81 ਦੇ ਸਾਇਦ ਹੋ ਸਕਦੇ ਨੇ ਅ ਪੰਜ ਤੋਂ ਸੱਤ ਬੱਚੇ ਜਿਹੜੇ ਹੈ ਉਹ ਵੇਟਿੰਗ ਲਿਸਟ ਦੇ ਵਿੱਚ 81 ਦੇ ਵੀ BC ਦੇ ਹੋ ਸਕਦੇ ਨੇ ਜਿੰਨਾ ਕਿ ਸਾਡਾ ਅਸੀਂ ਅੰਕੜਾ ਜਿਹੜਾ ਹੈ ਉਹ ਕਲੈਕਟ ਕੀਤਾ ਹੈ ਉਸ ਤੋਂ ਬਾਅਦ EWS ਕੈਟਾਗਰੀ ਦੀ ਗੱਲ ਕਰਦੇ ਹਾਂ ਤਾਂ EWS ਕੈਟਾਗਰੀ ਦੇ ਵਿੱਚ ਜਿਹੜਾ ਹੈ 85 ਵਾਲਾ ਬੱਚਾ ਹੈ ਉਹ ਜਿਹੜਾ ਹੈ ਉਹ ਸਿਲੇਕਟਡ ਨੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵੇਟਿੰਗ ਲਿਸਟਿੰਗ ਕਿ ਕਿੰਨੇ ਬੱਚੇ ਜਿਹੜੇ ਨੇ ਉਹ ਵੇਟਿੰਗ ਲਿਸਟ ਦੇ ਵਿੱਚ ਨੇ 84 ਵਾਲੇ ਬੱਚੇ ਨੇ ਉਹ EWS ਕੈਟਾਗਰੀ ਦੇ ਉਹ वेटिंग ਲਿਸਟ ਦੇ ਵਿੱਚ ਜਾ ਰਹੇ ਨੇ ਤਾਂ ਇਹ ਜਿਹੜਾ ਅੰਕੜਾ ਸੀ ਅਸੀਂ ਜਿੰਨਾ ਕਾ ਕਲੈਕਟ ਕੀਤਾ ਹੈ ਉਸ ਅਕੋਰਡਿੰਗ ਅਸੀਂ ਦੱਸ ਰਹੇ ਹਾਂ ਇਸ ਤੋਂ ਇੱਕ ਦੋ ਦੋ ਚਾਰ ਕੈਂਡੀਡੇਟ ਉੱਤੇ ਵੀ ਹੋ ਸਕਦੇ ਨੇ ਦੋ ਚਾਰ ਕੈਂਡੀਡੇਟ ਥੱਲੇ ਵੀ ਹੋ ਸਕਦੇ ਨੇ ਬਟ ਨੀਅਰ ਅਬਾਊਟ ਜਿਹੜਾ ਹੈ ক্লোਜ਼ਡ ਡਾਟਾ ਅਸੀਂ ਜਿਹੜਾ ਹੈ ਤੁਹਾਨੂੰ ਦੱਸ ਰਹੇ ਹਾਂ ਕਿ ਇਹੀ ਡਾਟਾ ਜਿਹੜਾ ਐਗਜ਼ੈਕਟ ਜਿਹੜਾ ਹੋ ਰਹੇਗਾ ਸੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਬਾਕੀਆਂ ਨੂੰ ਵੀ ਜਿਹੜਾ ਹੈ ਕਟ-ਆਫ ਦੇ ਰਿਲੇਟਿਡ ਜਿਹੜਾ ਹੈ ਉਹ ਪਤਾ ਲੱਗ ਸਕੇ ਸੋ ਥੈਂਕਸ ਫॉर ਵਾਚਿੰਗ ਥਿਸ ਵੀਡੀਓ